ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਤੇ ਮੈਂ ਆ ਸੁਖਵਿੰਦਰ ਸ਼ੇਰਗਿੱਲ। ਅਸੀਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਲਗਾਤਾਰ ਤੁਹਾਡੇ ਸਾਹਮਣੇ ਜਿਹੜੀ ਗੱਲਬਾਤ ਲੈ ਕੇ ਹਾਜ਼ਰ ਹੋ ਰਹੇ ਹਾਂ। ਅੱਜ ਇੱਕ ਵਾਰ ਫਿਰ ਤੋਂ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਨਾਂ ਤੇ ਚਰਚਾ ਕਰਾਂਗੇ ਤੇ ਜਿਹੜੀਆਂ ਮੌਜੂਦਾ ਜਿਹੜੀਆਂ ਵੱਡੀਆਂ ਖਬਰਾਂ ਨੇ ਉਹ ਨੇ ਕਿ ਸਿਆਸੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਮੀਟਿੰਗ ਹੋਈ, ਉਸ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜਿਹੜੀ ਪ੍ਰਤੀਕਿਰਿਆ ਦਿੱਤੀ ਉਸ ਦੇ ਵਿੱਚ ਜਿਹੜੇ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਹੁਰੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ, ਉਹਨਾਂ ਨੇ ਅਸਿੱਧੇ ਦੇ ਰੂਪ ਦੇ ਵਿੱਚ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਰੈਲੀਆਂ ਨਹੀਂ ਕਰਨਗੀਆਂ ਤਾਂ ਹੋਰ ਕੀ ਕਰਨਗੀਆਂ। ਇਸ ਤੋਂ ਇਲਾਵਾ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਸਿੱਧੇ ਸਿੱਧੇ ਰੂਪ ਦੇ ਵਿੱਚ ਕਹਿ ਦਿੱਤਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਜੋ ਵੀ ਹੁਕਮ ਦੇਣਗੀਆਂ ਅਸੀਂ ਉਹਨਾਂ ਤੇ ਪਹਿਰਾ ਦੇਵਾਂਗੇ। ਤੇ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਇਹ ਕਿਹਾ ਕਿ ਜਿਹੜੀਆਂ ਪਾਰਟੀਆਂ ਰੈਲੀ ਕਰਨਾ ਚਾਹੁੰਦੀਆਂ ਨੇ ਉਹ ਆਪਣੇ ਵਰਕਰਾਂ ਨੂੰ ਨਾਲ ਲਿਜਾ ਕੇ ਸਿੰਘੂ ਬਾਰਡਰ ਤੇ ਰੈਲੀਆਂ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨੀ ਅੰਦੋਲਨ ਵੱਡਾ ਹੋ ਸਕੇ। ਇਸ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਜੀ। ਧਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਧੰਨਵਾਦ ਸਰੋਤਿਆਂ ਨੂੰ ਵੀ, ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ, ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਜਿਹੜੀ ਕਿਸਾਨ ਜਥੇਬੰਦੀਆਂ ਤੇ ਸਿਆਸੀ ਧਿਰਾਂ ਦੇ ਵਿਚਕਾਰ ਮੀਟਿੰਗ ਹੋਈ, ਉਸ ਤੋਂ ਬਾਅਦ ਜਿੱਥੇ ਖੁੱਲ੍ਹ ਕੇ ਤਾਂ ਨਹੀਂ ਕਹਿ ਸਕਦੇ ਪਰ ਦਵੀ ਜੀ ਆਵਾਜ਼ ਦੇ ਵਿੱਚ ਕਿਹਾ ਕਿ ਅਕਾਲੀ ਦਲ ਰੈਲੀਆਂ ਕਰਨ ਦਾ ਇੱਛੁਕ ਦਿਖਾਈ ਦਿੱਤਾ, ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਅਸੀਂ ਜੋ ਵੀ ਆਮ ਆਦਮੀ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਕਹਿਣਗੀਆਂ ਅਸੀਂ ਕਰਨ ਨੂੰ ਤਿਆਰ ਹਾਂ, ਪਰ ਸ਼ਰਤ ਇਹ ਹੈ ਕਿ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ। ਇਹ ਨਾ ਹੋਵੇ ਕਿ ਵੀ ਕੋਈ ਪਾਰਟੀ ਰੈਲੀ ਕਰ ਰਹੀ ਹੈ ਅਤੇ ਦੂਸਰੀ ਨਹੀਂ ਕਰ ਰਹੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਮੈਂ ਇਹਨੂੰ ਮੋਟੇ ਰੂਪ 'ਚ ਇਹ ਦੇਖਦਾ ਕਿ ਪਹਿਲਾਂ ਤਾਂ ਆਪਾਂ ਸਿਆਸੀ ਦ੍ਰਿਸ਼ ਨੂੰ ਜੇ ਉਹਨਾਂ ਅਨੁਭਵ ਕਰੀਏ, ਥੋੜ੍ਹਾ ਜਿਹਾ ਉਹਦਾ ਵਿਸ਼ਲੇਸ਼ਣ ਕਰੀਏ, ਉਹਦੇ ਵਿੱਚੋਂ ਇੱਕ ਗੱਲ ਕਲੀਅਰ ਹੈ, ਚਾਹੇ ਉਹ 2 ਨੰਬਰ 'ਤੇ ਰਹੇ ਚਾਹੇ ਉਹ 1 ਨੰਬਰ 'ਤੇ ਰਹੇ, ਕਾਂਗਰਸ 3 ਨੰਬਰ 'ਤੇ ਨਹੀਂ ਹੈ ਜੀ। ਠੀਕ ਹੈ ਕਿ ਨਹੀਂ ਜੀ? ਇਹਦਾ ਮਤਲਬ ਕਾਂਗਰਸ 1 ਪਾਰਟੀ ਬਣ ਗਈ ਜੀ। ਉਸ ਤੋਂ ਬਾਅਦ ਜਿਹੜੀਆਂ ਦੂਜੀਆਂ 2 ਪਾਰਟੀਆਂ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ, ਉਹਨਾਂ ਦੇ ਵਿੱਚ ਟੱਕਰ ਇਸ ਕਿਸਮ ਦੀ ਹੈ ਅੱਜ ਕਿ ਉਹਨਾਂ 'ਚੋਂ ਜਿਹੜੀ ਮਰਜ਼ੀ ਪਾਰਟੀ ਜੇ ਹਵਾ ਬਣ ਜੇ ਜੀ। ਹਾਲੇ ਦੇਖੋ ਇਹ ਹਵਾ 3 'ਚੋਂ ਕਿਸੇ ਪਾਰਟੀ ਦੀ ਨਹੀਂ ਹੈਗੀ ਜਿਹੜੀ ਕਲੀਅਰ ਕੱਟੇ ਦਿਖਾਈ ਦੇਵੇ ਕਿ ਇਹ ਪਾਰਟੀ ਸਰਕਾਰ ਬਣਾ ਰਹੀ ਹੈ। ਸਰਵੇ ਸੁਰਵੇ ਵੀ ਥੋੜ੍ਹੇ ਬਹੁਤੇ ਆਏ ਨੇ, ਪਰ ਜਿਹੜੇ ਹਾਲੇ ਜਿਹੜੇ ਸਰਵੇ ਆਏ ਨੇ ਉਹ ਬਹੁਤ ਹੀ ਵਿਸ਼ਵਾਸਯੋਗ ਨਹੀਂ ਹੈਗੇ। ਹਾਲੇ ਉਹ ਉਹਨਾਂ ਚੈਨਲਾਂ ਜਾਂ ਵੱਲੋਂ ਆ ਰਹੇ ਨੇ, ਛੋਟੇ ਮੋਟੇ ਜਿਹੜੇ ਉਹ ਚੈਨਲਾਂ 'ਤੇ ਕਈ ਕਿਸਮ ਦੇ ਦੋਸ਼ ਲੱਗਦੇ ਨੇ। ਮੈਂ ਲੋਕ ਵੀ ਸਮਝਦੇ ਨੇ ਕਿ ਇਹ ਚੈਨਲ ਕਈ ਕਿਸਮ ਨਾਲ ਪਾਰਟੀਆਂ ਨਾਲ ਰਲ ਜਾਂਦੇ ਨੇ, ਪਰ ਜੋ ਲੱਗ ਵੀ ਇਹੀ ਰਿਹਾ ਲੋਕਾਂ ਤੋਂ ਜਿੰਨਾ ਕੁ ਮੈਂ ਅਬਜ਼ਰਵ ਕੀਤਾ ਉਹ ਇਹੀ ਲੱਗ ਰਿਹਾ ਕਿ ਹਾਲੇ 3 'ਚੋਂ ਕੋਈ ਪਾਰਟੀ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਜਿਹੜੀ ਤਾਂ ਲੱਗੇ ਕਿ ਸਰਕਾਰ ਬਣੇਗੀ ਇਹਦੀ, ਪਰ ਪਰਸੈਪਸ਼ਨ ਦੇ ਵਿੱਚ ਇਹ ਲੱਗ ਰਿਹਾ ਕਿ ਕਾਂਗਰਸ 1 ਜਾਂ 2 ਨੰਬਰ 'ਤੇ ਆਏਗੀ। ਦੂਜੀਆਂ ਦੋਨਾਂ ਪਾਰਟੀਆਂ 'ਚੋਂ ਜ਼ਰੂਰ 1 ਪਾਰਟੀ 3 ਨੰਬਰ 'ਤੇ ਜਾਏਗੀ। ਹੋ ਸਕਦਾ ਕੋਈ 1 ਪਾਰਟੀ ਉਹਨਾਂ 'ਚੋਂ 1 ਨੰਬਰ 'ਤੇ ਵੀ ਆ ਜਾਏ, ਪਰ ਜੇ 1 ਨੰਬਰ 'ਤੇ ਆਮ ਆਦਮੀ ਆ ਜਾਂਦੀ ਹੈ ਤਾਂ 3 'ਤੇ ਅਕਾਲੀ ਦਲ ਜਾਏਗਾ, ਜੇ 1 ਨੰਬਰ 'ਤੇ ਅਕਾਲੀ ਦਲ ਆ ਜਾਂਦਾ ਤਾਂ ਵੀ 3 'ਤੇ ਅਕਾਲੀ ਦਲ ਆਏਗਾ, ਜੇ ਕਾਂਗਰਸ 1 'ਤੇ ਆਏਗਾ ਤਾਂ ਵੀ ਇਹਨਾਂ ਦੋਨਾਂ 'ਚੋਂ ਕੋਈ 3 'ਤੇ ਜਾਏਗੀ। ਅੱਜ ਇਹ ਲੱਗਦਾ ਕਿ ਕਾਂਗਰਸ 3 ਨੰਬਰ ਦੀ ਪਾਰਟੀ ਨਹੀਂ ਹੈ ਜੀ। ਹੁਣ ਜਦੋਂ ਆਪਾਂ ਇਸ ਗੱਲ ਨੂੰ ਦੇਖੀਏ ਤਾਂ ਦੋਨੇ ਪਾਰਟੀਆਂ ਨੂੰ ਉਹਨਾਂ ਦਾ ਜ਼ੋਰ ਲੱਗਿਆ ਪਿਆ ਹਵਾ ਬਣਾਉਣ 'ਚ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਦਿਖਾਈ ਦੇਈਏ ਕਿ ਅਸੀਂ 1 ਨੰਬਰ ਦੀ ਪਾਰਟੀ ਹਾਂ। ਉਹ 1 ਨੰਬਰ ਦੀ ਪਾਰਟੀ ਲਈ ਉਹਨਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਤੀਆਂ ਜੀ। ਸਿਆਸੀ ਸਰਗਰਮੀਆਂ ਜਦੋਂ ਵਧਾਉਣ ਦੀ ਗੱਲ ਆਈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਬੈਰੀਕੇਡ ਆ ਗਿਆ। ਉਹ ਬੈਰੀਕੇਡ ਆਇਆ ਕਿ ਵਿਰੋਧੀ ਪਾਰਟੀਆਂ ਵੱਲੋਂ ਵੀ ਉਹੀ ਓਬਜੈਕਸ਼ਨ ਹੈ, ਵਿਦ ਇਨ ਦਾ ਪਾਰਟੀ, ਪਾਰਟੀ ਦੇ ਅੰਦਰ ਵੀ ਉਹੀ ਪ੍ਰੋਬਲਮ ਹੈ ਕਿ ਜੀ ਮੁੱਖ ਮੰਤਰੀ ਦਾ ਕੈਂਡੀਡੇਟ ਕੌਣ ਹੈ ਜੀ। ਪਰੰਤੂ ਅਕਾਲੀ ਦਲ ਦੇ ਵਿੱਚ ਮੁੱਖ ਮੰਤਰੀ ਦੇ ਕੈਂਡੀਡੇਟ ਦੀ ਨਾ ਪਹਿਲਾਂ ਪ੍ਰੋਬਲਮ ਸੀ ਨਾ ਹੁਣ ਪ੍ਰੋਬਲਮ ਹੈ, ਬਲਕਿ ਹੁਣ ਉਹ ਟਿਕਟਾਂ ਅਨਾਊਂਸ ਕਰਕੇ ਬਿਨਾਂ ਕਿਸੇ ਪਾਰਲੀਮੈਂਟਰੀ ਬੋਰਡ ਦੇ, ਬਿਨਾਂ ਕਿਸੇ ਵਰਕਿੰਗ ਕਮੇਟੀ ਦੇ, ਬਿਨਾਂ ਕਿਸੇ ਸਲਾਹਕਾਰ ਕਮੇਟੀ ਦੇ, ਉੱਥੇ ਸਭ ਕੁਝ ਸਾਫ਼ ਦਿਖਾਈ ਦੇਣ ਲੱਗਿਆ ਕਿ ਜੋ ਪ੍ਰਧਾਨ ਜੀ ਕਹਿਣਗੇ ਉਹੀ ਕਾਨੂੰਨ ਹੈ, ਉਹੀ ਪਾਰਟੀ ਦਾ ਸੰਵਿਧਾਨ ਹੈ, ਉਹੀ ਪਾਰਟੀ ਦਾ ਪ੍ਰਧਾਨ ਹੈ ਅਤੇ ਉਹੀ ਪਾਰਟੀ ਦਾ ਡੈਲੀਗੇਟ ਹੈ। ਇਸ ਤੋਂ ਇੱਧਰ ਉੱਧਰ ਕੁਛ ਨਹੀਂ ਹੋ ਸਕਦਾ। ਹਾਲਾਂਕਿ ਜੇ ਮੈਂ ਇਹ ਕਹਾਂ ਕਿ ਸੁਖਬੀਰ ਬਾਦਲ ਇਹ ਵੀ ਕਰ ਸਕਦੇ ਸੀ ਕਿ ਉਹ ਜਿਹੜੀਆਂ ਆਪਣੀਆਂ ਬੋਡੀਜ਼ ਨੇ ਜਿਵੇਂ ਪਾਰਲੀਮੈਂਟਰੀ ਬੋਰਡ ਹੋ ਗਿਆ
ਜਾਂ ਐਡਵਾਈਜ਼ਰੀ ਕਮੇਟੀ ਹੋਗੀ ਜਾਂ ਪੋਲੀਟੀਕਲ ਐਡਵਾਈਜ਼ਰੀ ਕਮੇਟੀ ਹੋਗੀ, ਉਹਨਾਂ ਤੋਂ ਜੋ ਫੈਸਲਾ ਕਰਾਉਣਾ ਚਾਹੁਣ ਉਹ ਐਂ ਵੀ ਕਰਾ ਸਕਦੇ ਨੇ, ਕੋਈ ਦਿੱਕਤ ਨਹੀਂ ਹੈਗੀ। ਪਰ ਉਹਨਾਂ ਨੂੰ ਲੱਗਿਆ ਕਿ ਨਹੀਂ, ਬਸ ਹੁਣ ਸਾਰਾ ਵਨ ਮੈਨ ਸ਼ੋਅ ਹੀ ਚੱਲਣ ਦਿਓ, ਵੱਡੇ ਬਾਦਲ ਸਾਹਿਬ ਦਾ ਵੀ ਕਿਤੇ ਨਾਂ ਨਹੀਂ ਆਉਂਦਾ। ਸੋ ਇਸ ਕਰਕੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡਾ ਸਾਰਾ ਕੁਝ ਕਲੀਅਰ ਹੈ, ਸਾਡੀ ਰਣਨੀਤੀ ਕਲੀਅਰ ਹੈ, ਇਸ ਕਰਕੇ ਸਾਨੂੰ ਤਾਂ ਹੱਲਾ ਬੋਲ ਦੇਣਾ ਚਾਹੀਦਾ ਹੈ। ਔਰ ਉਹਨਾਂ ਨੇ ਬੋਲ ਵੀ ਦਿੱਤਾ ਸੀ, ਲੇਕਿਨ ਕਿਸਾਨੀ ਨਾਲ ਜਦੋਂ ਟਕਰਾਅ ਹੋਣ ਲੱਗਿਆ ਉਸ ਟਕਰਾਅ ਤੋਂ ਉਹ ਵੀ ਡਰੇ ਨੇ। ਕਿਸਾਨਾਂ ਨੂੰ ਇਹ ਲੱਗਿਆ ਕਿ ਇਹਨਾਂ ਨਾਲ ਟਕਰਾਅ 'ਚ ਹੀ ਫਾਇਦਾ ਹੈ, ਕਿਉਂਕਿ ਉਸ ਪਾਰਟੀ ਦੇ ਹਾਲੇ ਵੀ ਇੱਕ ਜਿਹੜਾ ਦੋਸ਼ ਲੱਗਦਾ ਕਿ ਕਿਤੇ ਨਾ ਕਿਤੇ ਇਹਨਾਂ ਦੀ ਕੋਈ ਮਿਲੀ ਭੁਗਤ ਬੀਜੇਪੀ ਨਾਲ ਹੋ ਸਕਦੀ ਹੈ। ਅਖਬਾਰਾਂ 'ਚ ਪਾਰਟੀਆਂ ਵੱਲੋਂ ਕਾਂਗਰਸੀਆਂ ਵੱਲੋਂ ਕੋਈ ਜੋ ਮਰਜ਼ੀ ਦੋਸ਼ ਲਾਇਆ ਜਾਵੇ ਕਿ ਅਮਰਿੰਦਰ ਸਿੰਘ ਅਤੇ ਬਾਦਲ ਰਲੇ ਹੋ ਸਕਦੇ ਨੇ, ਇਹ ਦੋਸ਼ ਹੈ। ਪਰੰਤੂ ਕਾਂਗਰਸ ਅਤੇ ਅਕਾਲੀ ਦਲ ਪੰਜਾਬ 'ਚ ਰਲ ਨਹੀਂ ਸਕਦੇ। ਇਹ ਦੋ ਇਸ ਤਰ੍ਹਾਂ ਆਪੋਜਿਟ ਐਂਡ ਦੀਆਂ ਪਾਰਟੀਆਂ ਨੇ, ਇਹ ਕਦੀ ਵੀ ਨੇੜ ਭਵਿੱਖ 'ਚ ਇਕੱਠੀਆਂ ਨਹੀਂ ਦਿਖਾਈ ਦੇਣਗੀਆਂ। ਔਰ ਲੰਬੇ ਸਮੇਂ 'ਚ ਕੁਛ ਹੋ ਸਕਦਾ ਹੁੰਦਾ, ਪੋਲੀਟਿਕਸ 'ਚ ਕੋਈ ਵੀ ਛੂਤ ਨਹੀਂ ਹੁੰਦਾ, ਕੋਈ ਹੋ ਜਾਵੇ ਮੈਂ ਨਹੀਂ ਕਹਿ ਸਕਦਾ ਇਹਦੇ ਬਾਰੇ, ਇੱਦਾਂ ਹੋ ਸਕਦਾ। ਪਰ ਪਿਛਲਾ ਜੇ ਇਤਿਹਾਸ ਦੇਖੀਏ ਉਹ 'ਚ ਇਹ ਗੱਲ ਔਖੀ ਲੱਗਦੀ ਹੈ। ਸੋ ਹੁਣ ਮੋਟੇ ਰੂਪ 'ਚ ਆਇਆ ਤਾਂ ਫਿਰ ਅਕਾਲੀ ਦਲ ਨੂੰ ਪਹਿਲੇ ਨੰਬਰ ਦੀ ਪਾਰਟੀ ਬਣਨ ਲਈ, ਅਤੇ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ, ਜਿਵੇਂ ਆਪਾਂ ਕਾਂਗਰਸ 'ਚ ਸ਼ਬਦ ਯੂਜ਼ ਕਰਦੇ ਨਾ, ਕਾਠੋ ਕਲੇਸ਼, ਕਾਠੋ ਕਲੇਸ਼ ਆਮ ਆਦਮੀ ਪਾਰਟੀ ਦੇ ਵਿੱਚ ਵੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਬਹੁਤ ਪਿਆ ਹੋਇਆ। ਅਕਾਲੀ ਦਲ ਚਾਹੁੰਦਾ ਹੈ ਕਿ ਉਹਦਾ ਫਾਇਦਾ ਲੈ ਕੇ ਅਸੀਂ ਅੱਗੇ ਵੱਧ ਜਾਈਏ, ਅਸੀਂ ਇੱਕ ਜਾਂ ਦੋ ਨੰਬਰ ਦੀ ਪਾਰਟੀ ਬਣ ਜਾਈਏ, ਤਾਂ ਕਿ ਜਿਹੜਾ ਤੀਜਾ ਨੰਬਰ 'ਤੇ ਚਲੀ ਗਈ ਉਹ ਹੋਰ ਨੀਚੇ ਚਲੀ ਜਾਊਗੀ। ਜਿਹੜੀਆਂ ਪਾਰਟੀਆਂ ਇੱਕ ਅਤੇ ਦੋ 'ਤੇ ਰਹਿਣਗੀਆਂ ਉਹਨਾਂ ਦੀ ਸੰਭਾਵਨਾ ਹੈ ਕਿ ਉਹ ਉੱਪਰ ਨੂੰ, ਉਹਨਾਂ ਦੀ ਵੋਟ ਜਿਹੜਾ ਜਿਹੜੀ ਅੱਜ ਹੈ ਤਾਂ ਆਉਣ ਵਾਲੇ ਸਮੇਂ 'ਚ ਇਲੈਕਸ਼ਨਾਂ ਤੱਕ ਉਹਨਾਂ ਦੇ ਵੋਟ 'ਚ ਵਾਧਾ ਹੋਏਗਾ। ਸੋ ਇਸ ਨੀਤੀ ਨੂੰ ਲੈ ਕੇ ਕਿਸਾਨਾਂ ਨੇ ਆਪਣਾ ਪ੍ਰੈਸ਼ਰ ਕ੍ਰੀਏਟ ਕੀਤਾ ਹੋਇਆ ਕਿ ਦੇਖੋ, ਕਿਸਾਨਾਂ ਦੀ ਦਿੱਕਤ ਇਹ ਹੈ ਕਿ ਕਿਸਾਨਾਂ ਨੂੰ ਅਲਟੀਮੇਟਲੀ ਬੀਜੇਪੀ ਦੇ ਉਲਟ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੀ ਸਪੋਰਟ ਕਰਨੀ ਪਊਗੀ, ਬਿਲਕੁਲ, ਬੀਜੇਪੀ ਨੂੰ ਹਰਾਉਣ ਲਈ ਜੀ। ਸੋ ਇਸ ਕਰਕੇ ਜਦੋਂ ਹਰਾਉਣ ਲਈ ਭਾਗ ਲੈਣਾ ਪਊਗਾ ਤਾਂ ਇਹਦਾ ਮਤਲਬ ਸਿਆਸਤ 'ਚ ਭਾਗ ਤਾਂ ਉਹਨਾਂ ਨੂੰ ਵੀ ਲੈਣਾ ਪਊਗਾ, ਸਿੱਧੇ ਜਾਂ ਸਿੱਧੇ ਰੂਪ 'ਚ ਜੇ ਭਾਗ ਲੈਣਾ ਪਊਗਾ। ਜੇ ਹੁਣੀ ਤੋਂ ਉਹ ਭਾਗ ਲੈਂਦੇ ਨੇ ਉਹ ਤਰ੍ਹਾਂ ਤਰ੍ਹਾਂ ਦੇ ਦੋਸ਼ ਲੱਗਣਗੇ। ਕਿਸਾਨਾਂ ਨੂੰ ਇਹ ਲੱਗ ਰਿਹਾ ਕਿ ਕਿਉਂ ਨਾ ਇਹਨਾਂ 'ਤੇ ਪ੍ਰੈਸ਼ਰ ਬਿਲਡ ਕਰੀਏ ਕਿ ਜੇ ਉਦੋਂ ਤੱਕ ਕੋਈ ਸਮਝੌਤਾ ਹੀ ਕਿਸੇ ਪਾਸੇ ਲੱਗ ਜਾਏ, ਫਿਰ ਕਿਸਾਨ ਆਜ਼ਾਦ ਹੋ ਜਾਣਗੇ ਅਤੇ ਉਹਦੇ ਮੁਤਾਬਕ ਸਮੇਂ ਮੁਤਾਬਕ ਜਿੱਦਾਂ ਦਾ ਫੈਸਲਾ ਹੋਊਗਾ ਉੱਦਾਂ ਦਾ ਲੈ ਲੈਣਗੇ। ਸੋ ਉਸ ਤਰ੍ਹਾਂ ਸਾਰੀਆਂ ਪਾਰਟੀਆਂ ਵੀ ਇਸ ਹੋੜ 'ਚ ਲੱਗੀਆਂ ਨੇ ਵੀ ਕਿਸੇ ਤਰ੍ਹਾਂ ਕਿਸਾਨਾਂ ਨੂੰ ਹੀ ਆਪਾਂ ਆਪਣੇ ਵੱਲ ਕਰ ਲਈਏ। ਸੋ ਮੋਟੇ ਰੂਪ 'ਚ ਇਹ ਗੱਲ ਸਮਝ 'ਚ ਆਉਂਦੀ ਹੈ। ਚੰਦੂ ਮਾਜਰਾ ਜੀ ਦਾ ਇਹ ਕਹਿਣਾ ਕਿ ਪੋਲੀਟੀਕਲ ਪਾਰਟੀਆਂ ਰੈਲੀਆਂ ਨਹੀਂ ਕਰਨਗੀਆਂ ਤਾਂ ਕੀ ਕਰਨਗੀਆਂ, ਗੱਲ ਤਾਂ ਸੱਚ ਹੈ, ਰਾਜਨੀਤਿਕ ਬੰਦਿਆਂ ਨੇ ਕਰਨੀ ਤਾਂ ਰਾਜਨੀਤੀ ਹੋ ਹੈ ਨਾ ਅਲਟੀਮੇਟਲੀ। ਸੋ ਇਸ ਕਰਕੇ ਚਾਹੇ ਉਹਨਾਂ ਨੇ ਦੱਬੀ ਸੁਰ 'ਚ ਕਿਹਾ ਚਾਹੇ ਵੱਡੀ ਸੁਰ 'ਚ ਕਹਿਣ, ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹੁੰਦੀਆਂ ਤਾਂ ਸਿਆਸੀ ਸਰਗਰਮੀਆਂ ਨੇ। ਉਹ ਸਿਆਸੀ ਸਰਗਰਮੀਆਂ ਕਿੱਦਾਂ ਹੋ ਸਕਦੀਆਂ ਨੇ ਉਹ ਡਿਪੈਂਡ ਕਰਦਾ। ਲੇਕਿਨ ਸਿਮਰਜੀਤ ਵਾਂ ਬੈਂਸ ਦੀ ਜਿਹੜੀ ਗੱਲ ਹੈ, ਉਹਨਾਂ ਦਾ ਇਹ ਕਹਿਣਾ ਕਿ ਉੱਥੇ ਜਾ ਕੇ ਕਰਨ, ਮੈਨੂੰ ਇਹ ਸੰਭਵ ਨਹੀਂ ਲੱਗਦਾ। ਇਹ ਸਿਰਫ ਮੈਨੂੰ ਇਹ ਲੱਗਦਾ ਕਿ ਜਿਹੜੀ ਆਪਾਂ ਕਹਿੰਦੇ ਹਾਂ ਨਾ ਕਿ ਜਿਹੜਾ ਬੰਦਾ ਬਹੁਤ ਕਿਤੇ ਉਸ 'ਚ ਨਹੀਂ ਹੁੰਦਾ, ਕੰਪੀਟੀਸ਼ਨ 'ਚ ਨਹੀਂ ਹੁੰਦਾ, ਉਹ ਆਪਣਾ ਲੁਧਿਆਣੇ ਤੋਂ ਬਾਹਰ ਬਾਹਲਾ ਹਾਲੇ ਉਹਨਾਂ ਦਾ ਕੁਛ ਦਿਖਾਈ ਨਹੀਂ ਦੇ ਰਿਹਾ। ਆਪਦੀਆਂ ਦੋ ਸੀਟਾਂ ਤੋਂ ਬਿਨਾਂ ਦੋ ਚਾਰ ਸੀਟਾਂ 'ਤੇ ਉਹਨਾਂ ਦਾ ਹੋਰ ਪ੍ਰਭਾਵ ਹੋ ਸਕਦਾ, ਉਹਨੂੰ ਕੈਸ਼ ਕਰਨ ਲਈ, ਉਹਨੂੰ ਵਧਾਉਣ ਲਈ। ਹਾਂ, ਉਹਨਾਂ ਦਾ ਪੈਂਤੜਾ ਵਧੀਆ, ਪੈਂਤੜਾ ਇੰਨਾ ਵਧੀਆ ਦੂਜੀਆਂ ਪਾਰਟੀਆਂ ਨੂੰ ਸੰਕਟ ਖੜ੍ਹਾ ਕਰ ਦਿੰਦਾ ਕਿ ਜੀ ਉੱਥੇ ਜਾ ਕੇ ਕਰੋ। ਉੱਥੇ ਜਾ ਕੇ ਪੋਲੀਟੀਕਲ ਪਾਰਟੀਆਂ ਰੈਲੀਆਂ ਕਰ ਦੇਣਗੀਆਂ ਉੱਥੇ ਜਾ ਕੇ, ਪਰ ਉੱਥੇ ਜਾ ਕੇ ਜਿਹੜਾ ਉਹਨਾਂ ਨੂੰ ਵੇਟ ਨਹੀਂ ਮਿਲ ਰਿਹਾ, ਉੱਥੇ ਤਵੱਜੋ ਨਹੀਂ ਮਿਲ ਰਹੀ, ਨਾ ਤਾਂ ਸਟੇਜ 'ਤੇ ਕੋਈ ਬੋਲਣ ਦਿੰਦਾ, ਨਾਲੇ ਉਹਨਾਂ ਨੇ ਇੱਕ ਕੰਡੀਸ਼ਨ ਉਹ ਲਾਤੀ ਕਿ ਤੁਸੀਂ ਆਪਦਾ ਝੰਡਾ ਨਹੀਂ ਲਿਆ ਸਕਦੇ। ਅਤੇ ਜੇ ਆਪਦਾ ਝੰਡਾ ਨਹੀਂ ਲਿਆ ਸਕਦੇ ਤਾਂ ਉੱਥੇ ਦਿਖਾਈ ਨਹੀਂ ਦੇਵੇਗਾ ਨਾ ਵੀ ਕਿਹੜੀ ਪਾਰਟੀ ਦੇ ਵਰਕਰ ਜ਼ਿਆਦਾ ਆਏ ਨੇ। ਅਤੇ ਰਾਜਨੀਤਿਕ ਪਾਰਟੀਆਂ ਦੀ ਇਹ ਮਜਬੂਰੀ ਹੈ, ਉਹਨਾਂ ਨੇ ਦੂਜੀ ਪਾਰਟੀ ਨੂੰ ਨੀਚਾ ਦਿਖਾਉਣ ਲਈ, ਆਪਦੇ ਵਰਕਰ ਜ਼ਿਆਦਾ ਦਿਖਾਉਣ ਲਈ ਕੋਈ ਸਟ੍ਰੈਟਜੀ, ਕੋਈ ਰਣਨੀਤੀ ਤਾਂ ਬਣਾਉਣੀ ਪਊਗੀ ਨਾ। ਸੋ ਉਸ ਰਣਨੀਤੀ 'ਚ ਮੈਨੂੰ ਲੱਗਦਾ ਉਹ ਫਿੱਟ ਨਹੀਂ ਬੈਠ ਰਹੇ। ਅਤੇ ਬੈਂਸ ਉਹ ਨਹੀਂ, ਮੈਨੂੰ ਇਹ ਲੱਗਦਾ ਵੀ ਉਹ 'ਚ ਮਾਰ ਕੇ ਦਾ ਅਗਾਂਹ ਵਧੂ ਬਿਆਨ ਦੇ ਕੇ ਵੀ ਆਹ ਲਓ ਜੀ ਆਪਾਂ ਤਾਂ ਵੱਡੇ ਤੋਂ ਵੱਡਾ ਬਿਆਨ ਦੇ ਦਿਓ, ਬਾਕੀ ਫਸਣਗੇ ਫਸ ਜਾਣ, ਇਹ ਲੱਗਦਾ ਮੈਨੂੰ ਮੋਟੇ ਰੂਪ 'ਚ ਇਸ ਗੱਲ 'ਤੇ। ਅੱਛਾ, ਧਾਲੀਵਾਲ ਸਾਹਿਬ, ਇੱਕ ਚੀਜ਼ ਹੋਰ ਆ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਆਮ ਆਦਮੀ ਪਾਰਟੀ ਦਾ, ਤਾਂ ਆਮ ਆਦਮੀ ਪਾਰਟੀ ਦੇ ਉੱਤੇ
जिहड़े कुलजीत नागरा साहब ने उन्होंने गंभीर इल्जाम लाए ने कि जिहड़े सीएम चेहरे नूं ऐलान देना चाहिए ते होर तां होर जिहड़ा अरविंद केजरीवाल ने वह आम आदमी पार्टी पंजाब ते कब्जा करना चाहुंदे ने ते राघव चड्ढा नूं इस तरह पेश किया जा रहा जां इस तरह के बयान उन्होंने वल्लों आ रहे हैं जिस तरह के वह बड़े पुराने पंजाबी होण ते हुण उह सीएम दा फेस हो सकदे आ इस बयान नूं नागरा साहब दे नूं तुसीं किस तरह देखदे हो। नागरा साहब के बयान में मैं इस तरह देखना, देखो पहली गल साडा संविधान कहिंदा है कि साडे कोई भी प्रधान बन सकता है, ये साडा संविधान कहिंदा है, पर साडी सीमा यह है कि सारा कुछ संविधान कहिंदा है, भावें संविधान साडे जातिवाद की भी आग्या नहीं दिंदा, होर कई किस्म के जिहड़े काम हो रहे हैं उन्हां दी भी आग्या नहीं दिंदा, पर वह भी चल रहे हैं, इलैक्शन तो जाति वो जाति ते निर्भर हो के चलदियां ने, कास्ट ते रिलीजन ते खेतरी पार्टियां ते धर्म ते सारा कुछ आपां देख रहे हैं। इस करके ये है कि पंजाब दे विच एक परसैप्शन ये बनी है कि पंजाब दे विच जिहड़ा मुख्यमंत्री होएगा वह सिख जेरा ही होएगा। मैनू ये लगता है कि पहली गल तो यह है कि कांग्रेस पार्टी जां बीजेपी ये कवे जां कोई होर पार्टी कि तुहाडी पार्टी फलाने व्यक्ति नूं सीएम बनाएगी, ये तो पार्टी का प्रेरोगेटिव है, ये वो जिन्हों मर्जी डिकलेयर करन जिन्हों मर्जी ना डिकलेयर करन जी। ये मैनू लगता है नागरा साहब का यह थोड़ा जा मैं जो समझदा हल्कापन है। तुसीं वड्डे नेतावां नूं सुणियो हमेशा वो इन्हां गल्लां ते ये कहिंदे हुंदे ने कि ये तो उन्हां दी गल है जिन्हों मर्जी बनाउण, असी अपनी पार्टी की इलैक्शन लड़नी उन्होंने अपनी, मतलब नागरा साहब जे राघव चड्ढा तो इन्ना दुखी ने कि नागरा साहब दस सकते ने हुण खड़े खड़े भी उन्हों का चेहरा कौन होएगा, इन्ना दम है कि वह बयान दे देन, मतलब नागरा साहब कहन कि साडा चेहरा अमरिंदर होएगा कि सिद्धू होएगा, इन्नी गल नागरा साहब कह नहीं सकणगे, पर दूजे ते कमेंट करना बड़ा सौखा है। ये क्यों कर रहे ने, क्योंकि वो पोलीटल पार्टिया की रणनीति होंगी है कि वह अपद शब्द दूजे के मूँह च पा देंगे ने कि हूँ आम आदमी पार्टी को एक बयान देना पवे कि जो वो कह कि राघव चड्ढा साडा मुख्यमंत्री का कैंडीडेट है जो कहने नहीं है, आम आदमी पार्टी लिए दोनों पोजिशन संकट होएगा, आम आदमी पार्टी इस गलते रिएक्ट भी नहीं करेगी। मेरी समझ मुताबक राघव चड्ढा सी एम का पंजाब विच कैंडीडेट नहीं हो सकता, क्योंकि इन्नी कोई भी पार्टी मूर्ख नहीं है कि वह उतों के कल्चर उतों के सभ्याचार ना समझे, क्योंकि यही दोष तो उसे पहला ही लगता है कि वो पार्टी दिल्ली तो चल रही है, जिमें आप बीजेपी कहने भी वह नागपुर तो चल रही है ना, इस तरह ही पंजाब की आम आदमी पार्टी तो एक दोष लगता है कि वह दिल्ली तो चल रही है, तो जे वो राघव चड्ढा सी एम का कैंडीडेट बना देन तो फिर तो मतलब वो दोष तो साबित ही हो गया भी फिर तो दिल्ली तो चल रही है, यह मतलब पंजाब के वर्करां तो कुछ नहीं पूछा जाता, जां मतलब यह हुंदा कि राघव चड्ढा पहला तो इतने काम करते पहला ही कोई हुण 5 साल लंघ गए उदे तो कोई कंस्टिट्यूएंसी में लगे बह जाते भी आ कंस्टिट्यूएंसी राघव चड्ढा दी है भी वो कम करते ना, इस तरह कुछ करना नहीं। सो मौके दी आके फिर उही गल होएगी, इस तरह आ जाते ने, माफ करना बहुत बड़े नेता ते मैं कमेंट कर रहा, सरदार मनमोहन सिंह एक बार आ गए सी जी इलैक्शन लड़न पंजाब च, तो उस तो बाद अपने वो पुरी साहब भी आ गए सी इलैक्शन लड़न, सो ए दो दिन इलैक्शन लड़न जो आते होंगे ने कोई उ हवा बनी होंगी है जी, वो अड्ड गल है, इदा लोग एक्सैप्ट नहीं करते जी। सो इस करके मैनू ये लगता है कि कांग्रेस ने बयान भावें दिता है पर कांग्रेस एक बड़ी पार्टी है, मेरा ख्याल है भी ये बयान मेरी समझ मुताबक उन्होंने देना नहीं चाहिए। हाँ इन्ना क बयान बहुत हों कि अपना जोड़ा चेहरा है वो अनाउंस करना, दूसरा ये फिर मैं कहना कि यह प्रेरोगेटिव उन्होंने, ये पार्टी की मर्जी है, वो जिन्हों मर्जी इलैक्शन लड़ावे जिन्हों मर्जी अपना प्रोजेक्ट करे कि साडा सी एम होएगा, दूजी पार्टी इस गल च दखल नहीं देना चाहिए, मतलब जे हुण कल नूं बीजेपी कहे कि अकाली दल का मुख्यमंत्री का दावेदार ए वी सी होएगा उन्हां लई भी ठीक नहीं, जां ये कहण भी बीजेपी का प्रधानमंत्री फलाने बंदे नूं बनाओ, क्यों बनाओ, तुहाडी पार्टी है तुहाडा तुसीं बनाओ उहदा उह बनाउण। सो इस करके मैनूं इह लग रिहा कि नागरा साहब नूं वड्डी पदवी मिली है तो उन्हां दा इमेज बहुत सोहणा बणिया होया, अच्छे
नेता दा उन्हां नूं बचना चाहिए ये ना होवे क्योंकि नेतावां दा पता नहीं हुंदा ना कल परसों नूं फिर उहदी खबर आ जांदी है वी मेरा बयान नहीं सीगा ये तोड़ मरोड़ के पेश किया गया इही जी गल हो सकदी है पर यह बयान जिहड़ा ना जे मैं कहां सियाणी रणनीति तो दूर है। अच्छा धालीवाल साहब एक चीज़ होर के एस पी ओबराय जिथे पिछले कई दिनों तो इनकार कर रहे हैं कि मैं सीएम का चेहरा नहीं होऊंगा तो एक बार फिर तो उन्होंने ताज़ा बयान दिता है कि मैं आम आदमी पार्टी नहीं होर भी बहुत सारिया पार्टियां ने जिहड़ियां वो फोन कर दियां ने ते ऑफर तो आते रहिंदे आ पर मैं राजनीति नहीं करनी। तो दूसरे पासे भगवंत मान होर की जी लंबे समय तो मीटिंगा चल रही सी वर्करां दे नाल वो भी बंद हो गई ने तो हुण वो दिल्ली रवाना होए हुए ने दोवें चीज़ां नूं किस तरह देखदे हो? देखो ये जिहड़ा ओबराय साहब की गल है जे ओबराय नूं मुख्यमंत्री का दावेदार बनाउणा है फिर तो इन्हां कोले बहुत वधिया बंदा पहला ही सी उहनूं कढ के बैठ गए। ओबराय साहब वर्गा तो इन्हों को दलजीत सिंह अखों वाले जो डॉक्टर से ना अमृतसर तो एक उन्होंने बहुत सारा फंड सब तो पहला बी इस आम आदमी पार्टी ने दिता और उन्होंने बड़ा अमेज से बहुत अच्छा डॉक्टर से वह मलवाई सर्जन का बहुत ही कमाल दे सी वह तो उन्होंने उस एरिए बड़ा माण सत्कार से उन्होंने छड लिया। ओबराय साहब एक भले बंदे का इमेज है उसका सोसायटी उन्होंने नेक काम किए ने धर्म कर्म के काम किए ने जेकर वह राजनीति आते ने एक तो यह है भी समा लंघाई जाते हैं वो जिन्हों भी लिया है ना ज्यादा रेंदे समय च लिया जे हूँ लिया के ना मतलब किसी साधु संत को खड़ा कर देंगे ने कि साडा आधार आ होएगा मैं लगता है इस तरह नहीं होएगा जो ये रणनीति इन्हों दो साल रेंदे समय दो साल पहला करनी चाहिए सी कि इनू असी कैंडीडेट बनावांगे उन्होंने पहला तो उभार देंगे ताकि पार्टी वर्कर उन्होंने एक्सैप्ट कर लेंगे इत्थे आके मतलब देखो माफ करना वो बहुत सत्कारयोग व्यक्ति ने ओबराय साहब मतलब ये गल का उन्होंने भी डर लगेगा कि एवें ये ना हो मुख्यमंत्री का कैंडीडेट बन के मैं जे तुहानू उदाहरण देवां कि जे जे सिंह वाली ना हो साडे बहुत बड़े आर्मी के बड़े अफसर चीफ ऑफ द आर्मी स्टाफ रिटायर होए मतलब वो पता नहीं किहड़ी हवा जा के अकाली दल के पिछे लग के इतों अपने आप को कैंडीडेट चर आपका खड़ा कर बैठे तो सत्कारयोग वोटा भी नहीं लेके गए वो कारण ही होंगे कि वर्करा फिर ये लगता भी फिर असं कहदे लई आ जे जे साडे सिर ते आई लिया के बिठाउणगे जे नोन बंदा बिठा लिया जाता है ना मैं जिहड़ी गल कहना भी जिवें हुण राजपुरे तो चरणजीत सिंह बराड़ आ गया चरणजीत सिंह बराड़ बारे मेरे उहदे नाल कोई मतभेद नहीं मैं उहनूं जाणदा भी नहीं मैं कदे मिलिया भी नहीं वो राजपुरे वाले वर्करां नूं इह तां लग सकदा है कि यह बाहर लै पर इह तां नहीं ना कह सकते भी अकाली दल च है ही नहीं सी है तो अकाली दल का पार्ट है ना अकाली दल डिसाइड कर सकता है कि साडा नेता कौन कित्थों लड़ूगा पर ओबराय साहब हाले तक तो आम आदमी का पार्ट ही नहीं है तो हूँ एकदम वो कह भी तेन मुख्यमंत्री बना देंगे पहली गल तो एक्सैप्ट करने वेले गल मनणगे भी यार एवं तुम मेरी हर एक बंदे लगता होंगे ना फीयर ऑफ फेलियर जिहड़ा भी मैं भी कि मेरी बेइज्जती ने करा देने बिल्कुल ठीक है ना जे वो बंदे ये होंगे कि जे मेरा एड्डा व्डा कद है इन्ना वधिया अक्स है कि ऐना ना हो मैं इन्हू एम एल ए हरा के धर देना जिहड़ा बाहरों बंदा कई बार पार्टी च भी बड़ा बंदा लिया होया ना जेतली साहब बेचारे हुण रहे नहीं मैं उन्हां दा बहुत सत्कार करदा सियाणे बंदे सी मतलब उन्हां बारे चुटकला बन गया सी भी कोई बंदा पुछदा ना कहिंदा भी किहड़े जेतली साहब कहिंदा जदों बीजेपी दा कुत्ता कुत्ता जित्तिया सी जिहड़े उदों हार गए सी मतलब ये बड़े बंदियां दी आ वी दिक्कत हुंदी है ना इस गल च कई बार बहुत बदनामी हो जाती है सो इस करके मैनूं लगता नहीं हैगा कि एकदम वो मन जाएंगे। हाँ जे पहली गल दूसरा आम आदमी पार्टी ने हले अपना अक्स यहा जहा बनाया होया है कि ये नहीं पता भी वो सीएम का कैंडीडेट डिकलेयर करके किसी को भरोसा जहा नहीं है भी सिरे तक ले भी जाएंगे फिर ये नहीं पता भी चार दिन बाद फिर वो कोई सीडी कढ देन मतलब उत्थे पार्टी का अजय जिहड़ा वो कल्चर बनया ना उस कल्चर तो भगवंत मान का नाँ जिहड़ा चलिया सी वह दुखी है कितें इस गल बारे दूसरा भगवंत मान भी मैनू ये लगता है वर्करा कुछ थोड़ा उचाई तो लै गया उन्हों का लैवल हूँ भगवंत मान बारे कोई हाँ ना करनी पेगी पार्टी जल्दी तो जे वो ना होंगी है ना एक बार वर्करा का लैवल खासा नीचे आऊगा तो वह जो वर्करा का लैवल नीचे आऊगा वह चो बराए वर्गे बंदे जोड़े सियाने ने वो भी एनालिसिस तो करते हो ना कि उन्होंने घाट करके फिर मैं कितने रेट करूँगा जो उदू बद दिखाई दे जाए
कि भगवंत मान का ना आम आदमी पार्टी ने कटता हूँ किसी का ना नहीं है उदू बाद आम आदमी पार्टी की बेब चले फिर शायद वो एक्सैप्ट कर लैन अज की घड़ी दिखाई नहीं दे रहा मैनू नहीं लगता कि कोई भी बंदा जो सियासत आता है कि उन्होंने इन्ना एनालिसिस भी नहीं करना आता वो करना आता है हाँ इस तरह के वो बंदे नहीं है इस तरह का एनालिसिस तो होंगे भी जिमें साड़ी पार्टी च बीजेपी च साड़ी तो भाव पंजाब की मेरी कोई पार्टी नहीं हो जिमें बीजेपी के हरजीत गरेवाल जी का ना है हरजीत गरेवाल जी कितों ना जितन पर बीजेपी की सरकार है उन्होंने कितों ना कितों कुछ मिल जूगा ही ले लेनी किसी बोर्ड का चेयरमैन लग जाएंगे कुछ हो जूगा जिमें हुण इकबाल सिंह लालपुरा नूं उत्थे सेंटर च चेयरमैन लै गए हाँ जे ओबराय साहब इदा का कुछ चाहते हो कि भाई मैं इलेक्शन लड़ लैंना फिर मैं होर कुछ दे दौ दिल्ली कुछ दे दौ ये उन्होंने परसनैलिटी है जी इदा की मैं लग नहीं रही अजे तक सो इस करके मैं नहीं लगता भी इन्ना सौखा काम नहीं है कि वो एकदम एक्सैप्ट कर लैन ना ही इन्ना सौखा काम है कि केजरीवाल एकदम एक्सैप्ट कर ले वो भी खासी गुंझलदार शख्सियत है इस करके अजे तो मैं लगता है भी कोई कमेंट करना समय तो पहला की गल होगी जी धालीवाल साहब तुम समा दिता बहुत बहुत शुक्रिया जी थैंक यू जी ये सन साडे नाल प्रोफेसर रण सिंह धालीवाल जी जिन्हां ने जिहड़ा किसानी मुद्दा उस उत्ते ते पंजाब दी राजनीति उत्ते अपनी टिप्पणी कीतीआं ने तुहानूं उहनां दे विचार किस तरह लगे ने कमेंट करके जरूर दसना अगली बार किसी होर मुद्दे ते गलबात लैके हाजिर होवांगे उदों तक दिओ आग्या रब राखा साडा हर एक प्रोग्राम देखण अते साडे नाल जुड़न लई सबसक्राइब करो बनेरा टीवी अते नोटिफिकेशन लई बैल आइकन ते क्लिक करो